ਗਵਾਂਢੀ ਬਰੀਵਾਲਾ ਦੇ ਪੰਡਿਤ ਦੀ ਨਵੀਂ ਕਰਤੂਤ ਆਈ ਸਾਹਮਣੇ। ਸਰੀਰਕ ਸੰਬੰਧ ਬਣਾਉਣ ਲਈ ਕਰਦਾ ਸੀ ਨਾਜਾਇਜ਼ ਤੰਗ ਪਰੇਸ਼ਾਨ। ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੀ ਮੰਡੀ ਬਰੀਵਾਲਾ ਵਿਖੇ ਬਣੀ ਬਾਬਾ ਮੋਢਾ ਜੀ ਦੀ ਸਮਾਧ ਦੇ ਪੁਜਾਰੀ ਦੀ ਨਵੀਂ ਕਰਤੂਤ ਸਾਹਮਣੇ ਆਈ ਹੈ। ਜਿੱਥੇ ਪੰਡਿਤ ਵੱਲੋਂ ਕਿਰਾਏ ਤੇ ਦਿੱਤੇ ਮਕਾਨ ਵਿੱਚ ਰਹਿ ਰਹੀ ਮਹਿਲਾ ਨਾਲ ਗਲਤ ਹਰਕਤਾਂ ਕਰਦਾ ਸੀ ਅਤੇ ਉਸ ਨਾਲ ਜਬਰੀ ਸਰੀਰਕ ਸੰਬੰਧ ਬਣਾਉਣ ਲਈ ਨਾਜਾਇਜ਼ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਇਸ ਪੰਡਿਤ ਦੀ ਸਾਰੀ ਕਰਤੂਤ ਕਾਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੇ ਕੈਦ ਹੋ ਗਈ। ਇਸ ਬਾਰੇ ਪੀੜਤ ਮਹਿਲਾ ਨੇ ਖੁਦ ਆਪਣੀ ਹੱਡ ਬੀਤੀ ਦੱਸੀ। ਗੁਰਜੀਤ ਕੌਰੀ, ਕੀ ਘਟਨਾ ਹੋਈ? ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਹੈ। ਸਰ, ਮੈਂ ਨਾ ਪੰਡਿਤ ਜੀ ਦੇ ਮਕਾਨ ਜਿੱਥੇ ਕਿਰਾਏ 'ਤੇ ਰਹਿੰਦੀ ਪਿਛਲੇ 4 ਸਾਲਾਂ ਤੋਂ, ਮੇਰੇ ਹਸਬੈਂਡ 2 ਸਾਲ ਮੇਰੇ ਨਾਲ ਇੱਥੇ ਰਹਿ ਕੇ ਗਏ ਇਸ ਮਕਾਨ ਦੇ ਵਿੱਚ। 2 ਸਾਲ ਹੋ ਗਏ ਉਹਨਾਂ ਨੂੰ ਮਲੇਸ਼ੀਆ ਗਿਆ। ਪੰਡਿਤ ਨੂੰ ਕਿਰਾਇਆ ਸਭ ਟਾਈਮ ਟੂ ਟਾਈਮ ਮਿਲ ਰਿਹਾ ਸੀਗਾ। ਪੰਡਿਤ ਦੀਆਂ ਉਹਨੂੰ ਐਂ ਹੋ ਗਿਆ ਵੀ ਇਕੱਲੀ ਹੈਗੀ ਹੈ ਨਾ। ਪੰਡਿਤ ਨੇ ਮੈਨੂੰ ਗਲਤ ਬੋਲਣਾ ਸ਼ੁਰੂ ਕਰਤਾ ਵੀ ਮੇਰੇ ਨਾਲ ਗੱਲ ਕਰ, ਇਸ ਤਰ੍ਹਾਂ ਕਰਕੇ ਤੇਰਾ ਖਰਚਾ ਚੱਕੂੰਗਾ, ਮੈਂ ਤੈਨੂੰ ਸਭ ਕੁਛ ਦਊਂਗਾ, ਉਹ ਬਾਹਰ ਆ, ਸਾਰੇ ਕਰੀ ਜਾਂਦੇ, ਤੂੰ ਵੀ ਕਰ। ਮੈਨੂੰ ਮਜਬੂਰ ਕਰਨ ਲੱਗਿਆ। ਮੈਂ ਆਖਿਆ ਨਹੀਂ, ਮੈਨੂੰ ਕਹਿੰਦਾ ਜੇ ਕੰਮ ਨਹੀਂ ਕਰੇਗਾ ਮੇਰਾ ਮਕਾਨ ਖਾਲੀ ਕਰ। ਮੈਂ ਕਿਹਾ ਪੰਡਿਤ ਜੀ ਮੇਰੇ ਬੱਚੇ ਨਿੱਕੇ, ਵੀ ਮੈਂ ਕਿੱਥੇ ਜਾਵਾਂ, ਮੈਂ ਮਕਾਨ ਖਾਲੀ ਨਹੀਂ ਕਰ ਸਕਦੀ ਗੀ, ਵੀ ਉਹ ਆ ਜਾਣਗੇ ਤੁਹਾਡੇ ਨਾਲ ਹੀ ਗੱਲ ਹੋਈ, ਜਦੋਂ ਆ ਗਏ ਅਸੀਂ ਸਮਾਨ ਚੱਕ ਲਾਂਗੇ, ਅਤੇ ਵੀ ਮੈਂ ਮਕਾਨ ਕਿਤੇ ਨਹੀਂ ਮਿਲਦਾ। ਚਲੋ ਜੇ ਮੈਨੂੰ ਮਿਲ ਵੀ ਗਿਆ ਮੈਂ ਸਮਾਨ ਚੱਕ ਲੂੰ। ਮੈਨੂੰ ਟੋਰਚਰ ਕਰਨ ਲੱਗਿਆ, ਮਾਨਸਿਕ ਤੌਰ 'ਤੇ ਨੇ ਬਹੁਤ ਟੋਰਚਰ ਕੀਤਾ ਮੈਨੂੰ, ਵੀ ਮੇਰੇ ਨਾਲ ਗਲਤ ਕਰ। ਪਰ ਮੈਂ ਇਹਦੇ ਨਾਲ ਕੁਛ ਗਲਤ ਨਹੀਂ ਕੀਤਾ ਗਾ, ਮੇਰੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀਗਾ। ਮੈਂ ਅੰਦਰੇ ਅੰਦਰ ਬਰਦਾਸ਼ਤ ਕੀਤਾ, ਬਹੁਤ ਕੀਤਾ, ਮੈਂ ਕਿਸੇ ਨੂੰ ਨਹੀਂ ਦੱਸਿਆ ਗਾ, ਤਾਂ ਕਿ ਮੈਂ ਇੱਕ ਲੜਕੀ ਹਾਂ, ਕੱਲ੍ਹ ਨੂੰ ਉਹਨੂੰ ਪੰਡਿਤ ਜੀ ਆ, ਉਹਨੂੰ ਕਿਸੇ ਨੇ ਗਲਤ ਨਹੀਂ ਕਹਿਣਾ, ਮੈਨੂੰ ਕਹਿਣਾ। ਆਖਿਰ ਨੂੰ ਪੰਡਿਤ ਜੀ ਨੇ ਘਰ ਆਏ, ਉਹਨਾਂ ਨੂੰ ਕੋਈ, ਮੈਨੂੰ ਨਹੀਂ ਪਤਾ ਕਿੱਥੋਂ ਸ਼ੱਕ ਹੋਇਆ ਜਾਂ ਕਿਵੇਂ, ਮੇਰੇ ਕੋਲ ਉਹਨਾਂ ਦੇ ਨਾਲ ਕੁਛ ਰਿਕਾਰਡਿੰਗਾਂ ਪਈਆਂ, ਮੈਨੂੰ ਪੁੱਛ ਲੈਂਦਾ ਸੀ ਤੂੰ ਮੇਰੇ ਨਾਲ ਰਿਕਾਰਡਿੰਗਾਂ ਕਰਦੀ। ਮੈਂ ਕਿਹਾ ਨਹੀਂ, ਵੀ ਰਿਕਾਰਡਿੰਗਾਂ ਪਈਆਂ ਜਾਂ ਵੀਡੀਓ ਪਈਆਂ ਜਾਂ ਉਹਨੂੰ ਕੋਈ ਸ਼ੱਕ ਹੋਇਆ ਘਰ ਆਇਆ, ਉਹਨੇ ਚੋਰੀ ਕੀਤੀ, ਘਰ ਆ ਕੇ ਸਮਾਨ ਲੈ ਗਿਆ ਮੇਰਾ, ਚੱਕ ਕੇ ਮੋਬਾਈਲ ਸੀ ਉਹਦੇ ਵਿੱਚ, ਬਹੁਤ ਹੋਰ ਵੀ ਰਿਕਾਰਡਿੰਗਾਂ ਵੀਡੀਓ ਇਹਦੀਆਂ ਸੀਗੀਆਂ ਜੋ ਕਿ ਚੱਕ ਕੇ ਲੈ ਗਏ ਨੇ, ਖਤਮ ਕਰਨ ਦੀ ਕੋਸ਼ਿਸ਼ ਕੀਤੀ ਸਭ ਕੁਛ। ਇਸ ਸੰਬੰਧੀ ਕਿ ਪੁਲਿਸ ਨੂੰ ਕੁਝ ਕਰ ਕੀਤੀ? ਹਾਂਜੀ, ਕੀਤੀ ਹੈ ਜੀ। ਲੜਕੀ ਦੇ ਪਿਤਾ ਨੇ ਕਿਹਾ ਹੈ ਕਿ ਸਬੂਤ ਦੇ ਨਾਲ ਪੰਡਿਤ ਦੀ ਗੰਦੀ ਹਰਕਤਾਂ ਸਾਹਮਣੇ ਆ ਚੁੱਕੀ ਹੈ। ਹੁਣ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਫੜ ਕੇ ਇਨਸਾਫ ਦਿੱਤਾ ਜਾਵੇ। ਮੈਂ ਗੁਰਜਨ ਸਿੰਘ ਫੌਜੀ, ਮੰਡੀ ਬਰੀਵਾਲਾ। ਪਿਛਲੇ ਦਿਨ ਜੋ ਘਟਨਾ ਹੋਈ ਹੈ ਪੰਡਿਤ ਦੇ ਵੱਲੋਂ, ਇੱਕ ਸ਼ਰਮਨਾਕ ਕਰਾਰ ਕੀਤਾ, ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੁੰਗਾ ਪ੍ਰਸ਼ਾਸਨ ਮੇਰੀ, ਜਾਣੀ ਕਿ ਜੋ ਵੀ ਮੇਰੀ ਬੇਟੀ ਨਾਲ ਹਰਕਤ ਹੋਈ ਹੈ, ਅਤੇ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜੋ ਕਿ ਕਈ ਪੰਡਿਤ ਇਹ ਜੋ ਦੂਸਰੀਆਂ ਲੜਕੀਆਂ ਜਾਂ ਭੈਣਾਂ ਦੀ ਕਿਸੇ ਦੀ ਇੱਜ਼ਤ ਵੱਲ ਨਾ ਝਾਕੇ, ਇਹੋ ਜਿਹੇ ਪੰਡਿਤਾਂ ਨੂੰ ਤਾਂ ਜਾਣੀ ਕਿ ਧਰਮ ਸਥਾਨ 'ਤੇ ਬੈਠਣ ਦੀ ਜਾਣੀ ਆਗਿਆ ਦੇਣੀ ਨਹੀਂ ਚਾਹੀਦੀ ਜੀ। ਅਤੇ ਮੇਰੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ। ਮੇਰੀ ਹੱਥ ਜੋੜ ਕੇ ਬੇਨਤੀ ਇਹੀ ਹੈ ਪ੍ਰਸ਼ਾਸਨ ਅੱਗੇ ਵੀ ਇਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਜਿਹੜੇ ਇਹੋ ਜਿਹੇ ਇਹੋ ਜਿਹਾ ਗੰਦੀਆਂ ਹਰਕਤਾਂ ਬੱਚੀਆਂ ਨਾਲ ਬੇਟੀਆਂ ਨਾਲ ਕਰਦੇ ਆ, ਇਹੋ ਜਿਹੇ ਬੰਦਿਆਂ ਦਾ ਦੁਨੀਆਂ 'ਤੇ ਕੋਈ ਹੱਕ ਨਹੀਂ ਰਹਿੰਦਾ। ਇਹਨਾਂ ਨੂੰ ਹੱਦ ਤੋਂ ਹੱਦ ਸਜ਼ਾ ਦਿੱਤੀ ਜਾਵੇ। ਮੇਰੀ ਬੇਨਤੀ ਇਹੀ ਹੈ ਪ੍ਰਸ਼ਾਸਨ ਅੱਗੇ, ਮੇਰੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ। ਮੁਕਤਸਰ ਸਾਹਿਬ ਪੁਲਿਸ ਨੇ ਪੰਡਿਤ ਦੇ ਖਿਲਾਫ SC ST ਤਹਿਤ ਧਾਰਾਵਾਂ ਲਗਾ ਮਾਮਲਾ ਦਰਜ ਕਰ ਲਿੱਤਾ ਹੈ। ਅਗਲੀ ਕਾਰਵਾਈ ਛਾਨਬੀਨ ਤੋਂ ਬਾਅਦ ਕੀਤੀ ਜਾਵੇਗੀ। ਸਰ, ਇੱਕ ਪਰਿਵਾਰ ਦੇ ਵਿੱਚ ਪਿਛਲੇ ਦਿਨੀ ਸੋਸ਼ਲ
मीडिया से एक वीडियो वायरल हुई थी, पुलिस वालों की मुकदमा दर्ज किया गया जी उहदे संबंध में जिहड़ी वीडियो वायरल हुई है मुकदमा थाना में दर्ज किया गया। मुकदमा नंबर 59 वक् वक् आई पी सी धारावान से एस सी एस टी एक्ट के तहत दर्ज किया गया। ये राकेश दुबे एक व्यक्ति के खिलाफ राकेश दुबे के खिलाफ दर्ज किया गया। ये गिरफ्तारी के संबंध में वक् वक् जगह पर छापेमारी की जा रही है, तुरंत इसे गिरफ्तार कराया जाएगा। भारत संदेश लई मुक्तसर साहब तो अनमोल सिंह वड़िंग की रिपोर्ट।